ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ। ਆਫੀਸ਼ੀਅਲੀ ਤਾਂ ਸਾਡੇ ਕੋਲ ਕੋਈ ਅਸਤੀਫਾ ਨਹੀਂ ਆਇਆ, ਪਰ ਜੋ ਮੀਡੀਆ 'ਚ ਸੁਣਿਆ, ਕਿਉਂਕਿ ਕਾਫੀ ਪਿਛਲੇ ਲੰਬੇ ਸਮੇਂ ਤੋਂ ਸਿਹਤ ਉਹਨਾਂ ਦੀ ਠੀਕ ਨਹੀਂ ਰਹੀ, ਇਸ ਕਰਕੇ ਸਿਹਤ ਵਾਲੀ ਤਾਂ ਉਹਨਾਂ ਦੀ ਜੈਨੂਇਨ ਸਮੱਸਿਆ, ਮੈਂ ਵੀ ਸਮਝਦਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਰਵਾਈਕਲ ਦੀ ਸਮੱਸਿਆ ਨਾਲ ਕਾਫੀ ਪਰੇਸ਼ਾਨ। ਫੈਸਲਾ ਜੋ ਹੈਗਾ ਉਹ ਕੋਰ ਕਮੇਟੀ ਦਾ ਸਾਰੀ ਹੈ, ਕੋਈ ਇਸ ਕਰਕੇ ਘੱਟ ਤਾਂ ਹੈ ਨਹੀਂ, ਮੈਂ ਵੀ ਇਸੇ ਕਰਕੇ ਹਾਲ ਪੁੱਛਣ ਵਾਸਤੇ ਆਇਆ ਸੀ, ਪਰ ਇਸ ਵੇਲੇ ਉਹ ਘਰ ਹੈ ਨਹੀਂ, ਜਦੋਂ ਆਉਣਗੇ ਦੁਬਾਰਾ ਮਿਲੂਗਾ, ਮਿਲ ਕੇ ਉਹਨਾਂ ਨਾਲ ਫਿਰ ਕੋਈ ਗੱਲ। ਦੇਖੋ ਅਕਾਲੀ ਦਲ ਬੁਰੀ ਤਰ੍ਹਾਂ ਬਿਖਰਨ ਜਾ ਰਿਹਾ, ਔਰ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਅਕਾਲੀ ਦਲ ਦੇ, ਉਹ ਕਿਤੇ ਨਾ ਕਿਤੇ ਘੁੱਟਣ ਫੀਲ ਕਰ ਰਹੇ ਸਨ, ਔਰ ਉਹ ਮਹਿਸੂਸ ਕਰਦੇ ਹੈ ਕਿ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਦੇ ਵਿੱਚ ਬਾਦਲ ਪਰਿਵਾਰ ਨੂੰ ਦੋਸ਼ੀ ਮੰਨਦੇ ਆ ਸਭ ਲੋਕ, ਔਰ ਇਸੇ ਗੱਲ ਦਾ ਕਾਰਨ ਹੈ ਕਿ ਪਹਿਲੇ ਮੱਕੜ ਸਾਹਿਬ ਨੇ ਟਿੱਪਣੀ ਕੀਤੀ, ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਟਿੱਪਣੀ ਕੀਤੀ, ਫਿਰ ਬਾਦਲਾਂ ਨੂੰ ਅਕਲ ਨਹੀਂ ਆਈ, ਸਾਡੀ ਭੈਣ ਕਿਰਨ ਜੋਤ ਨੇ ਟਿੱਪਣੀ ਕੀਤੀ, ਫਿਰ ਬਾਦਲਾਂ ਨੂੰ ਅਕਲ ਨਹੀਂ ਆਈ, ਅੱਜ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦਿੱਤਾ, ਤੇ ਮੈਂ ਰਾਏ ਦਿਆਂਗਾ ਸੁਖਬੀਰ ਸਿੰਘ ਬਾਦਲ ਜੀ ਅਸਤੀਫਾ ਦਿਓ, ਪ੍ਰਕਾਸ਼ ਸਿੰਘ ਬਾਦਲ ਦਾ ਵੀ ਅਸਤੀਫਾ ਲਓ, ਇਹ ਅਕਾਲੀ ਦਲ ਦੋਸ਼ੀ ਹੈ ਔਰ ਦੋਸ਼ੀਆਂ ਨੂੰ ਇਹ ਜ਼ੁਲਮ ਦੀ ਸਜ਼ਾ ਮਿਲਣੀ ਹੈ, ਇਸ ਲਈ ਉਹਨਾਂ ਨੂੰ ਪਾਰਟੀ ਤੋਂ ਵੱਖਰਿਆਂ ਹੋ ਜਾਣਾ ਚਾਹੀਦਾ, ਔਰ ਇਹ ਅਸਤੀਫਾ ਜਿਹੜਾ ਉਹਨਾਂ ਨੇ ਦਿੱਤਾ, ਮੈਂ ਸਮਝਦਾ ਕਿ ਇਹ ਪਹਿਲਾ ਅਸਤੀਫਾ ਹੈ, ਇਹ ਸ਼ੁਰੂਆਤ ਆ, ਇਹਦੇ ਬਾਅਦ ਹੋਰ ਵੀ।